ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੈਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84-270-19-817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗੱਭੜ ਵਿਹੜਾ ਦਿਖਾਵਾਂਗੇ, ਇੱਕ ਜਰਸੀ ਅਤੇ ਇੱਕ ਐਚ ਐਫ ਦੇ ਵਿੱਚ। ਇਹ ਦੋ ਨਾਗ ਵਿਕਰੀ ਵਾਲੇ ਸੇਲ ਆ, ਡਿਟੇਲ ਵੀਰ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਬਾਈ ਭਵਨਪ੍ਰੀਤ ਸਿੰਘ ਆ, ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਜੀ। ਅਤੇ ਮੋਬਾਈਲ ਨੰਬਰ ਆਪਣਾ ਜੀ? ਮੋਬਾਈਲ ਨੰਬਰ ਹੈ 98-77-86-82। ਦੂਜਾ ਨੰਬਰ ਹੈਗਾ 79-75-50-47। ਇਹ ਵੱਡੇ ਭਰਾ ਨੰਬਰ ਹੈ। ਅੱਜ ਆਪਾਂ ਦੋ ਨਗਾਂ ਦੀ ਵੀਡੀਓ ਕਵਰ ਕਰਦੇ ਪਏ ਹਾਂ, ਹੈ ਨਾ? ਹਾਂਜੀ ਬਾਈ, ਦੋਨੇ ਦੇ ਪਸ਼ੂ ਪਹਿਲੇ ਨਾਲ ਹੀ ਨਹੀਂ ਗਏ, ਦੋਨੇ ਦੋ ਰੰਦ ਬੱਚੇ ਨੇ। ਠੀਕ ਹੈ, ਇਹ ਵੀ ਦੋਂਦੀ ਆ? ਠੀਕ ਹੈ। ਜਿਹੜੀ ਆਪਾਂ ਜਰਸੀ ਦੇਖੀ ਜਾਂਦੇ ਹਾਂ, ਕਿਹੜੇ ਟੀਕੇ ਦੇ ਕਿਹੜਾ ਲੱਗਿਆ ਪਤਾ? ਬਾਇਓਡਾਟਾ ਕੋਈ ਆਪਾਂ ਸਾਰਾ ਇਹ ਟੀਕੇਟਰ ਕਾਰਡ ਹੈ ਜਿੱਥੋਂ ਦੇਈਏਗੀ। ਠੀਕ ਹੈ, ਆਪਾਂ ਘਰ ਦਾ ਹੀ ਦੱਸ ਦਾਂਗੇ। ਠੀਕ ਹੈ, ਐਡਰੈਸ ਵੀ ਲੈਣੇ, ਕੋਈ ਚੱਕਰ ਨਹੀਂ। ਆਪਾਂ ਸਾਰਾ ਬਾਇਓਡਾਟਾ ਦੇਵਾਂ, ਕਿਹੜੇ ਦੀ ਆਪਾਂ ਇਹ ਨਹੀਂ ਹੋਊ ਕਹਿਣ ਵਾਲੇ ਮਾਜਲ ਦੀ ਆ, ਮਾਲਕ ਹੈ ਖੁਦ ਹੀ ਘਰ ਦੀ ਵੀਡੀਓ ਆਪਣੇ ਕੋਲ ਸਾਰਾ ਵਗੈਰਾ ਇਹ ਟੂ ਜੈਡ ਆਪਣੇ ਕੋਲ ਆਧਾਰ ਕਾਰਡ। ਠੀਕ ਹੈ, ਹੁਣ ਦਿਨ ਕਿਆ ਕਿ ਲੈਂਦੀ ਹੈ? 2 ਤਰੀਕ ਨੂੰ ਬਾਈ ਦਿਨ ਪੂਰੇ ਰਹਿ ਜੇ, 23 ਤਰੀਕ ਹੋ ਗਈ, 2 ਤਰੀਕ ਨੂੰ ਦਿਨ ਪੂਰੇ ਹੁੰਦੇ ਦੱਸੀ। ਧੋਰੀ ਬਾਹਰ ਨੂੰ ਮਾੜਾ ਜਾਣੀ ਗਾ। ਸੋ ਵੀਰੋ ਦੰਦ ਦੇਖੋ, ਪਹਿਲਾਂ ਤਾਂ ਮੂੰਹੋਂ ਬਿਲਕੁਲ ਦੋਂਦੀ ਆ ਅਤੇ ਸਾਫ਼ ਸੁਥਰੀ ਜਿੰਦ ਜਾਣ ਵਾਲੀ, ਹੈ ਨਾ? ਰਾਜੀ ਸਮੀ ਬੜੀ ਬਹੁਤ ਜ਼ਿਆਦਾ ਆ, ਦੋਂਦੀ ਹੈਗੀ। ਸੋ ਵੀਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ। ਜਦੋਂ ਕਹਿੰਦੇ ਕੌਲੀ 'ਚ ਪਾਣੀ ਪੀਣ ਵਾਲੇ, ਜਮਾਂ 200 ਗ੍ਰਾਮ ਮੱਥੇ 'ਤੇ ਪਾਣੀ ਖੜਦਾ, ਉਹ ਜਰਸੀ ਆ ਅਤੇ ਰੰਗ ਰੁੰਗਾ ਲੇਵਾ ਲੂਵਾ ਪੁੱਤਾਂ ਦਾ ਕਿਆ ਬਾਤਾਂ। ਅਤੇ ਜਿਹੜੇ ਵੀਰ ਕਹਿੰਦੇ ਸ਼ੌਂਕ ਨਾਲ ਰੱਖਣੀ ਹੈ ਵੀ ਜਰਸੀ, ਇੱਕ ਜਾਨਵਰ ਰੱਖਣਾ ਸ਼ੌਂਕ ਵਾਲਾ, ਇਹ ਆ ਜਮਾਂ ਸਿਲੈਕਟਡ ਪੀਸ ਜਮਾਂ, ਹੈ ਨਾ? ਮੂਹਰੇ ਬੱਚੇ ਪੂਰੇ ਟੌਪ 'ਤੇ ਪਾਊਗੀ। ਸੋ ਜਮਾਂ ਅੱਜ ਦੀ ਘੜੀ ਪੂਰੀ ਟੌਪ ਆ, ਜਿਵੇਂ ਜਿਹਦਾ ਨਾਂ ਚੱਲਦਾ ਜਰਸੀ ਦਾ ਬ੍ਰਾਂਡ ਆ ਜਮਾਂ, ਹੈ ਨਾ? ਤੇ ਲੇਵਾ ਫਿੱਟ ਫਾਟ, ਹੈ ਨਾ? ਬਾਹਲੀ ਠੰਡੀ ਆ ਬਾਈ, ਦੇਖੀ ਆਈ ਬੈ ਜਾ। ਤੇ ਲੇਵਾ ਅੱਗੇ ਪਿੱਛੇ ਦਾ ਕੱਢਣਾ ਜਮਾਂ, ਅੱਗੇ ਪਿੱਛੇ ਦਾ ਕੱਢੂ ਬਾਈ। ਸੋ ਥੱਲੇ ਲੱਤਾਂ ਦੇਖੋ, ਦੋਨੇ ਇਕੱਠਿਆਂ ਜੋੜੀ ਖੜੀ ਆ ਤੇ ਲੇਵਾ ਮਗਰ ਨੂੰ ਝੁਕਾ ਕਰਦਾ। ਤੇ ਕਿੰਨਾ ਦੁੱਧ ਮੰਨ ਕੇ ਚੱਲੀਏ ਕੀ ਆਪਾਂ ਇਹਦਾ? ਬਾਈ ਦੁੱਧ ਦਾ ਮਾਲਕ ਆ, ਮਾਲ ਇਹਦਾ 26-27 ਕਿਲੋ ਦੁੱਧ ਪਿਆ ਇਹਦਾ। ਠੀਕ ਹੈ, ਇਹਨੂੰ ਕਿਹਾ 35 ਕਿਲੋ ਕਰੀ, 30 ਕਿਲੋ ਕਰੀਏ, 27 ਕਿਲੋ ਐਨ 30 ਮਾਸਾ ਦੁੱਧ ਚੋਆ ਦੂਜੇ। ਮੰਨ ਕੇ ਚੱਲੀਏ ਆਪਾਂ ਇਹਨੂੰ ਕਿੰਨਾ ਦੁੱਧ ਪਾ? 20 ਕਿਲੋ ਬਾਈ ਮੰਨ ਕੇ ਲੈ ਲੈ ਬੰਦਾ, 20 ਕਿਲੋ ਖੁੱਲਾ ਦੁੱਧ ਬੱਸੀ ਦੂਗੇ ਤੂੰ। ਤੇ ਬਾਕੀ ਬਰੀਡ ਤਿਆਰ ਕਰਨਾ? ਬਰੀਡ ਬਹੁਤ ਆਈ ਬੱਸੀ ਜਾ। ਸੋ ਵੀਰੋ ਕੰਨ ਦੇਖੋ, ਇਹ ਵੀ ਬਹੁਤ ਪੈਣੇ ਹੈ ਬੱਸੀ ਦੇ। ਠੀਕ ਹੈ, ਬਣੂ ਉਹਦੇ ਨੂੰ ਪੂਰਾ, ਹੈ ਨਾ? ਸੋ ਹਜ ਦਾ ਮੰਨ ਕੇ ਚੱਲੀਏ ਵੀ 70-72% ਬਣੀ ਆ ਬਈ। ਹਾਂ, ਇਹਦਾ 30-35% ਪਈ ਆ, ਇਹਦਾ ਐ ਮੰਨ ਕੇ ਚੱਲਦੇ ਕਿ ਤੇ ਕੌਲੀ ਜੀ ਬਣੀ ਪਿਆ। ਸੋ ਜੈ ਗੱਲ ਆ, ਪੂਰੀ ਬਰੀਡ ਵਾਲੀ ਜਰਸੀ ਪਹਿਲਾ ਸੂਆ ਸੁਣਦੀ ਆ, ਬਰੀਡਿੰਗ ਦੇ ਕੰਮ ਕਰਨ ਲੱਗੇ ਬੱਚੇ ਲੈਣੇ ਦੇ। ਠੀਕ ਹੈ, ਪੂਰਾ ਸਿਲੈਕਟਡ ਪੀਸ ਆ, ਹੈ ਨਾ? ਠੀਕ ਹੈ, ਰੇਟ ਵਗੈਰਾ ਇਹਦਾ ਕੀ ਹੋਊਗਾ? ਰੇਟ ਬਈ ਫੋਨ ਤੇ ਕਹਿ ਦਾਂਗਾ, ਹੋਊਗਾ ਜਾਇਜ਼, ਚੀਜ਼ ਦੇ ਹਿਸਾਬ ਨਾਲ ਹੋ ਜਾਊਗਾ, ਚੀਜ਼ ਦੇ ਹਿਸਾਬ ਨਾਲ ਹੋਊਗਾ। ਠੀਕ ਹੈ, ਸੋ ਥਾਣਾ ਵਾਲਾ ਇੱਕ ਵਾਰ ਨੇੜ ਤੋਂ ਫੇਰ ਦਿਖਾ ਜੀ ਆਪਾਂ, ਚਾਰੇ ਥਾਂ ਨਿਖੜ ਮੇ ਸਾਫ਼ ਸੁਥਰੇ ਪਿੱਛੀ ਦੇ ਪਹਿਲਾਂ ਸੂਆ, ਇਹਨਾਂ ਦਾ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਪੈਂਦੀ, ਹੈ ਨਾ? ਸੋ ਦੇਖੋ ਪੂਛ ਚੱਕੜੀ, ਤੇ ਅੱਗੇ ਜਿਹੜੀ ਦੋ ਨੰਬਰ ਦੇਖੇ ਨੇ ਐਚ ਐਫ ਆਪਾਂ, ਇਹ ਵੀ 2 ਦੰਦ ਬੱਚਾ ਬਾਈ, ਇਹ ਕਿਆ ਇੱਕ ਦਿਨ ਲੈ ਜੂ? 3-4 ਕੁ ਦਿਨ ਸੂਟ 'ਚ ਬਾਕੀ ਪਏ ਆ। ਤੇ ਇਹਦਾ ਰਿਕਾਰਡ ਵਗੈਰਾ ਕੋਈ? ਠੀਕ ਹੈ, ਤੇ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਨੂੰ? ਦੁੱਧ ਬਾਈ ਚਲੋ ਗਰਮੀ ਹੁੰਦੀ ਜੇ, ਸਰਦੀ ਹੁੰਦੀ ਫੇਰ ਤਾਂ 30 ਤੋਂ ਬਾਅਦ। ਠੀਕ ਹੈ, 25 ਤੋਂ ਬਾਅਦ ਮੰਨ ਕੇ ਚੱਲੇ ਵੀ 24-25 ਕਿਲੋ ਵਾਲੀ ਹੈਗੀ ਆ, 25 ਤੋਂ ਬਾਅਦ ਵਾਲੀ ਬੱਸੀ ਹੈਗੀ ਆ। ਬਾਕੀ ਚਾਹੇ ਮਸ਼ੀਨੀ ਚੁਆਈ ਕਰ ਲਈਏ ਚਾਹੇ ਹੱਥੀ ਥਣ, ਦੋਨੇ ਟਾਈਪ ਦਾ ਲੱਗਿਆ ਵਾ ਨਾ? ਦੋਨੇ ਟਾਈਪ ਦਾ ਬਈ। ਸੋ ਜਮਾ ਚਣ ਚਣ ਕੇ ਥਣ ਲੱਗਿਆ, ਬਾਕੀ ਕੱਦ ਬਹੁਤ ਜ਼ਿਆਦਾ ਆ, ਬਰੀਡਿੰਗ ਵਾਲੀ ਹੈ ਜਿਹਨੇ ਵੀਰ ਨੂੰ ਬਰੀਡ ਦੇ ਕੰਮ ਕਰਨਾ, ਹੈ ਨਾ? ਠੀਕ ਹੈ, ਆਸ ਲਾ ਜਾਣ ਪਰ। ਸੋ ਦਿਨ 5-7 ਦਿਨ ਕੱਢਦੀ ਆ ਦੁੱਧ, 30 ਕਿਲੋ ਵੀ ਦੇ ਦੇ ਕੋਈ, ਮੈਂ ਬਾਹਲੀ ਵੱਡੀ ਕਰਦੀ ਵੀ ਇੰਨੀ ਨੂੰ, ਕਾਰਨ ਕੀ ਹੈਗਾ, ਬਰੀਡ ਬਹੁਤ ਆ ਬੱਸੀ, ਵੱਡੀ ਬਹੁਤ ਆ ਜੀ।
ਸੋ 25 ਕਿਲੋ ਦੁੱਧ ਆਰਾਮ ਨਾਲ ਪਾ ਦੂ ਅਤੇ ਜਿੰਦੇ ਜਾਣ ਬੋਡੀ ਵੇਟ ਵਗੈਰਾ ਬਹੁਤ ਤਕੜਾ ਗੇਨ ਕਰਿਆ ਵਾ ਇਹਦਾ ਅਤੇ ਬਾਕੀ ਫਿੱਟ ਫੜ ਲੇਵਾ ਜਮਾਂ ਕੰਬੈਕਟ। ਸੋ ਜਿਹੜਾ ਇਹਦੇ ਬੱਚੀ ਦੇ ਲੇਵਾ ਗਾ ਚਾਹੇ ਆਪਾਂ 10 ਸੂਏ ਖਿੱਚ ਲਈਏ ਇਹਨੇ ਲੇਵਾ ਨਹੀਂ ਤੋੜਨਾ ਕਿਉਂਕਿ ਲੇਵਾ ਜੈ ਗੱਲ ਆ ਜਮਾਂ ਸਾਈਜ਼ ਬਣ ਤਾਂ ਰੱਖਣਾ ਬਸ ਇਹਨੇ ਬੱਚੇ ਪਾਈ ਜਾਣਾ ਦੁੱਧ ਦੇ ਫਿੱਟ ਫਟ ਲੇਵਾ ਸੂਨ ਚ ਕੁਝ ਦਿਨ ਬਾਕੀ ਫੁੱਲ ਬਰੀਜ ਵਾਲੇ ਸੁਣਾ ਬੈਠ ਦਿਖਾਈ ਐਚ ਐਫ ਮੂੰਹ ਦੋ ਦੰਦਾ ਤੇ ਭਾਵ ਯਾਰ ਇਹਦੇ ਫੋਨ ਤੇ ਹੋਊਗਾ ਠੀਕ ਆ ਮਤਲਬ ਜੋੜਾ ਲਊਗਾ ਜੋੜਾ ਜਾਇਜ਼ ਰੇਟ 'ਤੇ ਦੇ ਦਾਂਗੇ ਆਪਾਂ। ਸੋ ਵੀਰੋ ਦੋ ਨਗ ਦਿਖਾਤੀ ਐਚ ਐਫ ਦਾ ਅਤੇ ਪਲੱਸ ਜਰਸੀ ਦਾ। ਸੋ ਇਹਦੇ ਵੀ ਗੱਲਾਂ ਕਰ ਲਈ ਉਨੇ ਥੋੜ੍ਹੀਆਂ ਅਤੇ ਜਰਸੀ ਦਾ ਤਾਂ ਗੱਲਾਂ ਕਰਦੇ ਰਿਕਾਰਡ ਹੀ ਤੋੜਿਆ ਪਿਆ। ਸੋ ਰਾਜੀ ਸਮੀ ਬਲੀ ਵੀ ਹੈ ਨਾ ਠੀਕ ਹੈ ਨੰਬਰ ਬੋਲ ਜੀ ਬਾਈ ਆਪਣਾ ਨੰਬਰ 98 87 89 ਦੂਜਾ ਨੰਬਰ 97 35 50 ਵੀਡੀਓ ਦੇਖਣ ਲਈ ਸਭ ਦਾ।